ਅਸੀਂ ਗੱਲ ਜੀ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਠੀਕ ਠਾਕ ਬਸ ਬਸ ਪੈਂਦਾ ਇੱਕ ਦੂਜੇ ਨੂੰ ਹਾਂ ਹਾਂ ਕਿੱਥੇ ਆ ਗਏ ਤੇ ਤੁਹਾਨੂੰ ਕੈਮਰਾ ਦਾ ਬਸ ਬਸ ਨਹੀਂ ਨੰਦੀ ਨਹੀਂ ਵੜਦਾ ਨਹੀਂ ਨਹੀਂ ਵੜਦਾ ਇਹ ਨਾ ਤੁਰੀ ਗਿਆ ਉਹ ਨਹੀਂ ਕਹਿਣ ਲੱਗਾ ਤੈਨੂੰ ਮੈਂ ਇਹ ਭਾਈ ਨਾਲ ਤਾਂ ਕੀ ਗੱਲ ਜੀ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਠੀਕ ਠਾਕ ਹੋ ਵੀ ਅੱਜ ਦਾ ਗੇੜਾ ਆਪਣਾ ਪਿੰਡੋ ਹੀ ਸੀਗਾ ਗਿੱਡਿਆਲੇ ਦਾ ਹਨਾ ਤੇ ਉਹ ਗੇੜਾ ਲੈ ਕੇ ਆਏ ਹੋਏ ਆ ਤੇ ਕੱਲ ਲਈ ਮਾਫੀ ਮੈਂ ਕੱਲ ਦਾ ਵਲੌਗ ਨਹੀਂ ਪਾ ਸਕਿਆ ਕੋਈ ਬੀਜੀ ਹੋਣ ਕਰਕੇ ਨਾ ਘਰ ਦੇ ਕੰਮ ਕਾਰਾ ਕਰਕੇ ਤੇ ਆਪਾਂ ਜਿੱਧਰ ਖੜੇ ਦੇਖੋ ਪਿੰਡੋ ਬਾਰ ਬਾਰ ਖੜੇ ਹੋਏ ਆ ਆਪਾਂ ਨੂੰ ਇਦਾਂ ਦਾ ਡੇਰਾ ਪਸੰਦ ਆ ਨਾ ਪਿੰਡੋ ਬਾਰ ਬਾਰ ਖੇਤਾਂ ਦੇ ਵਿੱਚ ਹੀ ਹੈ ਨਾਲ ਹੀ ਟਰਾਂਸਫਾਰਮ ਲੱਗਾ ਤੇ ਨਾਲ ਹੀ ਪਿਛਲੀ ਸਾਈਡ ਕਣਕ ਬੀਜੀ ਹੋਈ ਆ ਖਹਿਰਾਂ ਦੀ ਭੀੜ ਭੜਾਕੇ ਦੇ ਨਾਲ ਪੌਂ ਪੌਂ ਪੀ ਪੀ ਨਾਲ ਹਨਾ ਜਿਹੜੀ ਆ ਸ਼ਾਂਤੀ ਇੱਥੇ ਖੇਤਾਂ ਦੇ ਵਿੱਚ ਮਿਲਦੀ ਆ ਹਨਾ ਤੇ ਏਅਰਪੋਰਟ ਵੀ ਲੱਗੇ ਆ ਏਅਰਪੋਰਟ ਦੇ ਨਾਲ ਪਾਲੀ ਸਾਈਡ ਵੀ ਗੁਰੂ ਘਰ ਕੀ ਬਾਤ ਹੈ ਨਾ ਤੇ ਇੱਧਰ ਆ ਬੈਠਣ ਵਾਲਾ ਸਿਸਟਮ ਇੱਦਾਂ ਦੇ ਜਾ ਕੇ ਰੱਖੇ ਹੁਣ ਪੰਜ ਸੱਤ ਹਨਾ ਤੇ ਇੱਥੇ ਮਾੜਾ ਜਿਹਾ ਕੱਪੜਾ ਰੱਖ ਕੇ ਇੱਥੇ ਬਹਿਣ ਵਾਲਾ ਸਿਸਟਮ ਬਣਾ ਦਈਏ ਬੜਾ ਵਧੀਆ ਦੇਸੀ ਜੁਗਾੜ ਹਨਾ ਇਹ ਸਾਰੀ ਸੀਲ ਹੀ ਆ ਨਾ ਭਾਜੀ ਇਹ ਅੰਡੇ ਉਂਡੇ ਵਾਲੀ ਜਾਂ ਦੂਜਾ ਲੜਾਈ ਵਾਲਾ ਕੰਮ ਵੀ ਕਰਦੇ ਲੜਾਈ ਵਾਲਾ ਵੀ ਕਰਦੇ ਆ ਸਹੀ ਹੈ ਸਹੀ ਹੈ ਬੜਾ ਮੋਟਾ ਖੰਦਾ ਵਾਲਾ ਕੀ ਕਰਦਾ ਉਹਦਾ ਖਾਇਦਾ ਹਾਂ 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 ਜਿਆਦਾ ਧਰਨੇ ਤੇ ਸੀਲ ਹੀ ਪੈਂਦੀਆਂ ਹੁੰਦੀਆਂ ਹਨਾ ਹਾਂ ਸੀਲ ਨਹੀਂ ਦੂਜੀਆਂ ਲੈ ਜਾਂਦੀਆਂ ਕਿਤੇ ਕਿਤੇ ਤੁਸੀਂ ਕਢਾਉਣੇ ਹੁੰਦੇ ਬੱਚੇ ਵੀ ਇਹਦੇ ਸੀਲਾਂ ਤਾਂ ਕਢਾਈ ਦੇ ਦੇਸੀ ਤਾਂ ਦੇਸੀ ਭਾਈ ਘੱਟੇ ਹੀ ਲੈਂਦੀ ਹੈ ਹਾਂ ਨਹੀਂ ਆਂਡੇ ਸੀਲਾਂ ਦੇ ਰੱਖਦੇ ਆ ਥੱਲੇ ਬੱਚੇ ਕਢਾਉਣ ਲਈ ਸੀਲਾਂ ਦੇ ਠੀਕ ਹੈ ਇਹ ਬਈ ਉਹ ਬੱਲਿਆਂ ਦੇ ਹਾਂ ਡਰੋ ਨਾ ਵੀ ਆਪਾਂ ਹੀ ਆ ਹੈ ਦੇਖੋ ਬੱਕਰੀ ਵੱਜੀ ਹੋਈ ਹੈ ਵਧੀਆ ਸਿਸਟਮ ਆ ਜਿਹੜਾ ਇੱਥੋਂ ਢਾਲ ਬਣਾਈ ਹੋਈ ਆ ਸਾਰਾ ਜਿਹੜਾ ਮੂਤ ਮਟਰਾਲ ਇਹਦੇ ਵਿੱਚ ਆ ਜਾਂਦਾ ਫਿਰ ਇਹਦੇ ਵਿੱਚ ਚੱਕਣਾ ਸੌਖਾ ਡੱਬੇ ਦੇ ਨਾਲ ਹਨਾ ਬਹੁਤ ਵਧੀਆ ਸਿਸਟਮ ਆ ਯਾਰ ਵਾਲਾ ਸਿਸਟਮ ਨਾ ਸੋਹਣਾ ਵਾ ਉੱਪਰ ਟੀਨਾ ਪਾਈਆਂ ਨਾਲ ਬਿਜਲੀ ਦਾ ਵੀ ਕੰਮ ਇਲੈਕਟ੍ਰੀਸ਼ੀਅਨ ਦਾ ਵੀ ਕੀਤਾ ਹੋਇਆ ਹੈ ਨਾ ਤੁਸੀਂ ਸ਼ਾਂਤੀ ਵੇਖੋ ਕਿੰਨੀ ਹੈ ਇੱਥੇ ਹਨਾ ਸ਼ਹਿਰਾਂ ਦੇ ਵਿੱਚ ਭੀੜ ਭੜੱਕੇ ਆ ਰੌਲਾ ਰੱਪਾ ਹੀ ਆ ਅਤੇ ਪਿੰਡੋ ਪਿੰਡਾਂ ਦੇ ਵਿੱਚ ਅਤੇ ਪਿੰਡੋ ਬਾਹਰ ਟੇਰੀਆਂ 'ਤੇ ਇੰਨੀ ਸ਼ਾਂਤੀ ਇੰਨਾ ਸਕੂਨ ਮਿਲਦਾ ਰੂਹ ਨੂੰ ਅਤੇ ਕੈਮਰਾਮੈਨ ਬੰਦਾ ਆਪਣਾ ਆਈ ਆ ਚਲੀ ਕੁੱਕੜਾਂ ਦੀਆਂ ਗੱਲਾਂ ਕਰਦੇ ਸੀਗੇ ਸੀਲ ਵਾਲਿਆਂ ਦੀ ਅਤੇ ਆਹ ਦੇਖੋ ਲੜਨ ਵੀ ਲੱਗ ਪਏ ਰੱਖੀ ਉੱਦਾਂ ਸਪੈਸ਼ਲੀ ਐਂ ਲੜਾਈ ਵਾਸਤੇ ਹੀ ਆ ਪਰ ਇਹ ਇਕੱਠੇ ਰਹਿੰਦੇ ਤਾਂ ਵੀ ਦੇ ਲਓ ਆਪਸ 'ਚ ਲੜਦੇ ਰਹਿੰਦੇ ਆ ਇਹ ਸ਼ਰਤਾਂ ਲਾਉਂਦੇ ਆ ਅਤੇ ਸ਼ਰਤਾਂ ਜਿੱਤਦੇ ਵੀ ਕੀ ਫੀਲਡ ਦੇ ਵਿੱਚ ਕੀ ਹੁੰਦਾ ਦਾਣੇ ਦੁਣੇ ਹੁੰਦੇ ਆ ਮੱਕੀ ਮੁੱਕੀ ਹੁੰਦੀ ਆ ਮੱਛੀ ਦਾ ਤੇਲ ਤੂੰ ਲੱਗਦਾ ਕਹਿੰਦਾ ਹੁੰਦਾ ਮਾੜਾ ਮੋਟਾ ਹੋਰ ਹੁੰਦਾ ਲੱਟਰ ਪੱਟਰ ਹਾਂ ਅਤੇ ਉਹਨਾਂ ਜਾਣੀ ਕਿ ਗਰੋਥ ਬਹੁਤ ਵਧੀਆ ਕਰਦੇ ਹਾਂ ਗਰੋਥ ਵੀ ਕਰਦੇ ਅਤੇ ਸਾਡੇ ਪੈਰਾਂ ਅੱਗੇ ਖੁੱਲਦੇ ਹੋਣੇ ਹਾਂ ਖੁੱਲ ਜਾਂਦੇ ਸਹੀ ਗੱਲ ਹੈ ਹੁਣ ਉਹਨਾਂ ਨੂੰ ਇਹ ਬੰਦ ਕਰਤੀ ਹੁਣ ਇਹਨਾਂ ਨੂੰ ਬਾਜਦਾ ਪੋਣਾ ਇਕੱਲਾ ਹੀ ਬਸ ਹਾਂ ਹੋਰ ਨਹੀਂ ਤੇ ਫੇ ਆਹ ਵਾਲੇ ਕਦੋਂ ਖੁੱਲਦੇ ਇਹ ਵੀ ਖੁੱਲਦੇ ਰਹਿਣੇ ਬਸ ਹੁਣ ਇਹ ਫੇ ਫੇ ਲੜਦੇ ਨਹੀਂ ਆਪਸ ਚ ਇਹ ਨਹੀਂ ਲੜਦੇ ਭਾਜੀ ਇਹ ਅੰਡੇ ਅੰਡੇ ਵਾਲੇ ਜਿਸੀ ਆ ਅੱਛਾ ਕਰ ਜਾ ਨਾ ਚਾਹ ਪੀਂਦੇ ਪੀਂਦੇ ਚੱਲ ਜਾਣਾ ਆ ਜਾ ਇਹ ਕੋੜੀਆਂ ਵੀ ਰੱਖੀਆਂ ਉਹ ਵੀ ਦਿਖਾਉਣੇ ਤੁਹਾਨੂੰ ਅੱਛਾ ਕੈਮਰਾਮੈਨ ਕੁੰਦਨ ਸਿੰਘ ਆ ਜਿੱਥੇ ਮੈਂ ਗੱਡੀ ਲੈ ਕੇ ਆਇਆ ਸੀ ਉੱਥੇ ਲਾਗੇ ਭਾਈ ਉਹਨਾਂ ਦੇ ਘੋੜੀਆਂ ਰੱਖੀਆਂ ਹੋਈਆਂ ਆ ਤੇ ਮੈਨੂੰ ਭਾਜੀ ਨੇ ਦੱਸਿਆ ਕਹਿੰਦਾ ਘੋੜੀਆਂ ਉਹਨਾਂ ਦੇ ਰੱਖੀਆਂ ਤੂੰ ਜਾ ਕੇ ਦੇਖਿਆ ਬਹੁਤ ਵਧੀਆ ਆ ਸ਼ੌਂਕ ਨੇ ਰੱਖੀਆਂ ਆਹਾਂ ਨਵੇਂ ਨਵੇਂ ਰੱਖਣ ਲੱਗੇ ਆ ਘੋੜੀਆਂ ਵੀ ਮੈਂ ਕਿਹਾ ਕੋਈ ਨਹੀਂ ਭਾਜੀ ਮੈਂ ਵੀ ਦੇਖਣਾ ਦੇਖੋ ਨਾ ਮੈਨੂੰ ਸ਼ੌਂਕ ਆ ਕਾਫੀ ਹੈ ਨਾ ਇਹਨਾਂ ਜਾਨਵਰਾਂ ਦਾ ਨਹੀਂ 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 ਉਦਾਂ ਨਹੀਂ ਪੈਂਦਾ ਇਹਨਾਂ ਦਾ ਘਰ ਬਣਦਾ ਪਿਆ ਜਾਈ ਤਾਂ ਵੀ ਦੇ ਲਈ ਹੋਰ ਭਾਜੀ ਕਿੱਦਾਂ ਜੀ ਠੀਕ ਆ ਜੀ ਮੈਂ ਘੋੜੀਆਂ ਦੇਖਣ ਗਿਆ ਸੀ ਪਰ ਨਾਲ ਬਾਈ ਹੁਣ ਇੱਥੇ ਪਰੇ ਇਹਨਾਂ ਦੇ ਲਈ ਨਵੇਂ ਕਮਰੇ ਪਾਉਂਦੇ ਪਏ ਆ ਤੇ ਮੈਨੂੰ ਇਹਦਾ ਬੜਾ ਹਨਾ ਚਾਅ ਜਿਹਾ ਹੁੰਦਾ ਦੇਖਣ ਦਾ ਵੀ ਕਿਹੜੀ ਚੀਜ਼ ਬਣਾ ਰਹੇ ਆ ਕਿਉਂਕਿ ਅੱਗੇ ਜਾ ਕੇ ਜੇ ਆਪਾਂ ਵੀ ਰੱਖਣੀ ਹੋਵੇ ਤੇ ਇੱਦਾਂ ਨੌਲੇਜ ਇਕੱਠੀ ਹੈ ਨਾ ਇਕੱਠੀ ਕਰਨੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਇਹਨਾਂ ਲਈ ਜ਼ਰੂਰੀ ਆ ਤੇ ਕਿੱਥੇ ਕਈ ਵਾਰੀ ਕੋਈ ਬਣਾਉਣ ਦੇ ਵਿੱਚ ਗਲਤੀ ਹੋ ਜਾਂਦੀ ਹੈ ਨਾ ਉਹ ਚੀਜ਼ ਬਾਰੇ ਪਹਿਲਾਂ ਨੌਲੇਜ ਹੋਣੀ ਚਾਹੀਦੀ ਆ ਖੁੱਲੇ ਹੋ ਨਾ ਇਹਨਾਂ ਤੋਂ ਭੱਜਣੇ ਬਾਹਰ ਨੂੰ ਕਿੱਦਾਂ ਫਿਰ ਠੀਕ ਆ ਸੈਟ ਆ ਚਾਹ ਦਾ ਗਲਾਸ ਇੱਥੇ ਬੜੇ ਕੌਣ ਨੀ ਕਹਿੰਦਾ ਤੈਨੂੰ ਮੈਂ ਇੱਦਾਂ ਡਰ ਮੇਰੇ ਤੋਂ ਅੱਠਾਂ ਮਹੀਨੇ ਦਾ ਵਾਲਾ ਹਾਂ ਕਾਲੇ ਕਾਂਟੇ ਦਾ ਪੋਤਾ ਹੈ ਅੱਛਾ ਜੀ ਤੇ ਆ ਹੈਗੀ ਆ ਬਖੇਰੀ ਤੇ 4 ਮਹੀਨੇ ਦੀ ਸਾਢੇ 3 4 ਮਹੀਨੇ ਦੀ ਕਿਹੜੀ ਬਲੱਡ ਲੈਣਾ ਹੈ ਇਹ ਮੱਜੂਗੇ ਲੈਣਾ ਮੱਜੂਗੇ ਠੀਕ ਹੈ ਤੇ ਉਹ ਜਿਹੜੇ ਬੰਨੇ ਆ ਅਮਰ ਵਾਲਿਆ ਘੋੜਾ ਬਹੁਤ ਵਧੀਆ ਅੱਛਾ ਜੀ ਤੇ ਉਹ ਤੋਂ ਕਰਾਈ ਜਾਣਾ ਅੱਛਾ ਜੀ ਤੇ ਉਹ ਹੈਗੀ ਆ ਕਲਗੜ ਕਿਹੜੀ ਕਾਲੀ ਘੋੜੀ ਅੱਛਾ ਜੀ ਕੋਈ ਜਿਨ੍ਹਾਂ ਨੂੰ ਇਦਾਂ ਖੇਤਾਂ ਦੇ ਵਿੱਚ ਘੁੰਮਣਾ ਪਸੰਦ ਆ ਨਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਵੀਡੀਓ ਵੇਖ ਰਹੇ ਉਹ ਵੀ ਜ਼ਰੂਰ ਆਪਣਾ ਨਾ ਪਿੰਡ ਸ਼ੇਅਰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਮਾਹੌਲ ਵੇਖੋ ਕਿੰਨਾ ਸਾਫ ਸੁਥਰਾ ਹੈ ਨਾ ਕਿਆ ਹੀ ਬਾਤਾਂ ਤੇ ਹੁਣ ਆਪਾਂ ਤੁਹਾਨੂੰ ਉਹ ਕੱਪੋ ਵੀ ਦਿਖਾਉਂਦੇ ਆ ਨਹੀਂ ਲੱਗਦਾ ਨਹੀਂ ਲੱਗਦਾ
ਨਹੀਂ ਡਿਗਣ ਵਾਲਾ ਉਹ ਬੱਲੇ ਵੇ ਆਇਆ ਵੀ ਹੁਣ ਕਿਹੜਾ ਔਖਾ ਹੁੰਦਾ ਦੇਖ ਤੋ ਮੈਨੂੰ ਫੇ ਲੈ ਇੱਥੇ ਆ ਜਾ ਇੱਥੇ ਆ ਜਾ ਇੱਥੇ ਦਿਖਾ ਦਮ ਤਰੋ ਹੈ ਇੱਥੇ ਆ ਕੇ ਤੇ ਤਾਨੂੰ ਕੈਮਰਾ ਕਰ ਹੈ ਲੈ ਤਾਂ ਡੈਗ ਜੂ ਇੱਥੇ ਕਦੇ ਵੀ ਨਹੀਂ ਪੂਰਾ ਸਿਸਟਮ ਵਧੀਆ ਹਨਾ ਨਿੱਗਾ ਕਿੰਨਾ ਅੰਦਰੋ ਯਾਰ ਹਨਾ ਤੇ ਹੈਗਾ ਕਿੱਥੇ ਯੂਪੀ ਕੇ ਬਿਹਾਰ ਦਾ ਬਿਹਾਰ ਚ ਕਿਹੜੇ ਏਰੀਏ ਦਾ ਮੁਜ਼ੱਫਰਪੁਰ ਆ ਮੁਜ਼ੱਫਰਪੁਰ ਤਾਂ ਯਾਰ ਯੂਪੀ ਚ ਪੈਂਦਾ ਅੱਛਾ ਬਿਹਾਰ ਚ ਵੀ ਹੈਗਾ ਮੁਜ਼ੱਫਰਪੁਰ ਇੱਕ ਠੀਕ ਹੈ ਇਹ ਪਟਨਾ ਸਾਹਿਬ ਤੋਂ ਕਿੰਨੀ ਦੂਰ ਪੈ ਜਾਂਦਾ ਚਾਰ ਦਿਨ ਲੱਗਦਾ ਟ੍ਰੇਨ ਚ ਚਾਰ ਦਿਨ ਲੱਗਦੇ ਆ ਉਹ ਬੱਲੇ ਉਹ ਸਾਨਾ ਪਹਿਲਾਂ ਪੰਜਾਬ ਨਿੱਕਾ ਜਿਹਾ ਹੀ ਆ ਇੱਕ ਦਿਨ ਚ ਟ੍ਰੇਨ ਅੱਧੇ ਦਿਨ ਚ ਟ੍ਰੇਨ ਨੇ ਪਾਰ ਕਰ ਜਾਣਾ ਤੇ ਬਿਹਾਰ ਏਡਾ ਆ ਤੇ ਬਿਹਾਰ ਤੋਂ ਬਿਹਾਰ ਦੇ ਵਿੱਚ ਕਿਸੇ ਜਗ੍ਹਾ ਤੇ ਜਾਣ ਲਈ ਚਾਰ ਦਿਨ ਟ੍ਰੇਨ ਚ ਲੱਗਦੇ ਹਨਾ ਪੰਜਾਬ ਦੇ ਘਾਤੇ ਟੋਟੇ ਇਹਨਾਂ ਨੇ ਨਹੀਂ ਤਾਂ ਪੰਜਾਬ ਐਵੇਂ ਬਿਹਾਰ ਯੂਪੀ ਵਾਂਗੂ ਬੜਾ ਸੀਗਾ ਪੂਰਾ ਵੱਡਾ ਹਨਾ ਉਹ ਨਾ ਡਰ ਉਹ ਨਾ ਡਰ ਸਾਨਾ ਨਾ ਡਰ ਨਾ ਡਰ ਮੈਂ ਚੜਨ ਦੀ ਕਾਫੀ ਵਾਰੀ ਕੋਸ਼ਿਸ਼ ਕੀਤੀ ਇੱਥੇ ਘੋੜੀ ਤੇ ਪਰ ਉਹ ਉਪਰਾ ਮੰਨਦੀ ਆ ਨਾ ਕਿਉਂਕਿ ਜਿਹੜਾ ਦਿੱਲੀ ਵਿੱਚ ਰਹਿੰਦਾ ਪੱਠੇ ਚਾਰਾ ਪਾਉਂਦਾ ਇਹਨਾਂ ਨੂੰ ਉਹਦੇ ਨਾਲ ਤਾਂ ਏਦਾਂ ਹੀ ਆ ਫ੍ਰੈਂਡਲੀ ਆ ਪਰ ਹੁਣ ਮੈਂ ਉਪਰਾ ਆ ਪਹਿਲੇ ਦਿਨ ਹੀ ਆ ਕੇ ਪਰ ਨਹੀਂ ਮੈਂ ਸਾੜੀ ਕਰਦੀ ਸੀ ਲੱਤ ਮਾਰ ਲਈ ਪਹਿਲਾਂ ਤਾਂ ਮੈਨੂੰ ਤਿੰਨ ਚਾਰ ਵਾਰੀ ਮੈਂ ਟਰਾਈ ਕੀਤੀ ਨਹੀਂ ਬੈਠਣ ਦਿੱਤਾ ਫਿਰ ਬਾਈ ਨੇ ਹਨਾ ਆਪਣਾ ਨਾਲ ਯੋਗਦਾਨ ਪਾਇਆ ਹਨਾ ਨਾਲ ਆਪ ਫੜ ਕੇ ਮੈਨੂੰ ਉੱਪਰ ਬਿਠਾਇਆ ਫਿਰ ਕਿਤੇ ਜਾ ਕੇ ਬੈਠਣ ਦਿੱਤਾ ਹਲੇ ਪਹਿਲਾਂ ਤਾਂ ਮੈਨੂੰ ਬੈਠਣ ਹੀ ਨਹੀਂ ਦਿੰਦੀ ਸੀ ਇਹ ਉਹ ਬੱਲਿਆਂ ਦੇ ਲੈ ਵੀ ਆਉਣ ਵਾਲ ਸਕਸੈਸਫੁੱਲ ਹੋਇਆ ਮੇਰੇ ਪਹਿਲਾਂ ਨਾ ਬੈਠਣ ਦਿੱਤਾ ਇਹਨੇ ਪਰ ਬਾਈ ਨੇ ਫੜਿਆ ਹੋਇਆ ਵੀ ਕਿਤੇ ਭਾਜੀ ਨਾ ਜਾਵੇ ਲੈ ਕੇ ਮੈਨੂੰ ਜਿਹੜੇ ਵੀਰੇ ਦੇ ਕੋਲ ਕੈਮਰਾ ਹੈ ਜਿਹੜਾ ਵੀਡੀਓ ਰਿਕਾਰਡ ਕਰ ਰਿਹਾ ਉਹ ਬਾਈ ਉੱਥੇ ਪਿੰਡੋ ਹੀ ਆ ਉਹਨਾਂ ਦੇ ਵੀਰੇ ਹੋਣਾਂ ਦੇ ਹਨਾ ਉਹ ਬਾਈ ਕਹਿੰਦਾ ਚੱਲ ਕੋਈ ਨੀ ਵੀਰੇ ਤੂੰ ਰਾਈਡ ਕਰ ਲੈ ਘੋੜੀ ਦੀ ਤੇ ਮੈਂ ਤੇਰੀ ਵੀਡੀਓ ਬਣਾ ਲੈਂਦਾ ਮੈਂ ਕਿਹਾ ਵੀਰੇ ਤੇਰੀ ਬਹੁਤ ਬਹੁਤ ਮਿਹਰਬਾਨੀ ਆ ਆਪਣੇ ਪੰਜਾਬ ਦੇ ਵਿੱਚ ਵੇਖਣ ਨੂੰ ਬਹੁਤੀਆਂ ਮਿਲਦੀਆਂ ਨਾ ਐਵੇਂ ਕਿਸੇ ਦੀ ਹੈਲਪ ਕਰਨੀ ਕਿਸੇ ਨਾਲ ਕੋਈ ਗੱਲ ਹੋਈ ਕਹਿਣਾ ਕੋਈ ਚੱਕ ਨਹੀਂ ਤੂੰ ਵੀਰੇ ਕਰ ਲਾ ਮੈਂ ਹੈਗਾ ਚੱਲ ਬਾਈ ਡਰ ਲੱਗਦਾ ਹਨਾ ਕੋਈ ਚਿਹਰ ਹੋ ਗਿਆ ਬੈਠਿਆਂ ਨੂੰ ਵੀ ਹਨਾ ਮੇਰਾ ਤਾਂ ਬੈਲੈਂਸ ਹੈਗਾ ਹਾਂ ਹਾਂ ਆਹੋ ਤੁਹਾਨੂੰ ਤਾਂ ਹਿਸਾਬ ਆ ਫਿਰ ਹਨਾ ਨਹੀਂ ਇਹ ਤਾਂ ਹੈ ਜਦੋਂ ਘਰੇ ਜਾਨਵਰ ਕੋਈ ਵੀ ਚੀਜ਼ ਹੋਵੇ ਘਰੇ ਉਹ ਬੰਦਾ ਸਿੱਖ ਹੀ ਜਾਂਦਾ ਬਾਈ ਹਨਾ ਵੈਸੇ ਬਾਈ ਨੇ ਮੂਹਰੇ ਫੜੀ ਹੋਈ ਸੀ ਨਾਲ ਨਾਲ ਹੀ ਰਿਹਾ ਉਦਾਂ ਤਾਂ ਪਰ ਫਿਰ ਵੀ ਡਰ ਤਾਂ ਲੱਗਦਾ ਕਿਉਂਕਿ ਆਪਾਂ ਅਣਜਾਣ ਹੈਗੇ ਹਨਾ ਰਾਈਡ ਕੀਤੀ ਇਹਨੂੰ ਵੀ ਚਿਹਰ ਹੋ ਗਿਆ ਪਹਿਲਾਂ ਇੱਕ ਦੋ ਵਾਰੀ ਬੈਠਾ ਆ ਮੈਂ ਰਾਈਡ ਲਈ ਆ ਘੋੜੀ ਦੀ ਪਰ ਚਿਹਰ ਹੋ ਗਿਆ ਹਨਾ ਹੁਣ ਚਿਹਰ ਬਾਅਦ ਬੈਠੇ ਆ ਡਰ ਲੱਗਦਾ ਹਨਾ ਕਿਤੇ ਲੈ ਕੇ ਨਾ ਵਗ ਜਾਵੇ ਹਨਾ ਗਾਂ ਨੂੰ ਪਰ ਫਿਰ ਵੀ ਬਾਈ ਦਾ ਚਲੋ ਘਰ ਦਾ ਪਾਲਿਆ ਹੋਇਆ ਜਾਨਵਰ ਭਾਈ ਨੂੰ ਪਤਾ ਆ ਭਾਈ ਪੂਰੇ ਉਹਦੀ ਲਗਾਮ ਛੱਡ ਕੇ ਸਾਈਡ ਨੂੰ ਪਿੱਛੇ ਨੂੰ ਚਲ ਗਿਆ ਕਹਿੰਦਾ ਦੇਖੀ ਪਿੱਛੇ ਨੂੰ ਆਪੇ ਮੁੜੂਗੀ ਮੁੜ ਪਈ ਆਪੇ ਪਰ ਮੈਨੂੰ ਡਰ ਲੱਗਦਾ ਸੀਗਾ ਮੈਂ ਕਿਹਾ ਤੁਸੀਂ ਅੱਗੇ ਨੂੰ ਨਾ ਲੈ ਕੇ ਭੱਜ ਤੁਰੇ ਹਨਾ ਉਹ ਨਾ ਮੈਨੂੰ ਸੈੱਟ ਦੇਵੇ ਕਿਤੇ ਲੱਤਾਂ ਲੁੱਤਾਂ ਮਾਰੇ ਪਿੱਛੇ ਨੂੰ ਦਰੰਗੇ ਵੀ ਬਹੁਤ ਮਾਰਦੀ ਆ ਪਰ ਬਾਈ ਤੇ ਮਗਰੇ ਮਗਰੇ ਤੁਰੀ ਗਈ ਪਰ ਮੇਰੇ ਤੋਂ ਲਗਾਮ ਤਾਂ ਹੱਥ 'ਚ ਫੜੀ ਹੋਈ ਸੀ ਪਰ ਲਗਾਮ ਮਾੜੀ ਜਿਹੀ ਢਿੱਲੀ ਹੋਈ ਨਾਲ ਹੀ ਇਹ ਤੇਜ਼ ਵੀ ਹੋ ਗਈ ਸੀ ਪਰ ਬਾਈ ਨੇ ਫਿਰ ਮੂਹਰੇ ਉਹ ਫੜ ਲਿਆ ਕਿਉਂਕਿ ਉਹਨਾਂ ਨੂੰ ਪਤਾ ਆ ਆਪਣੇ ਜਾਨਵਰ ਦਾ ਕਿੱਥੇ ਇਹਨੇ ਤੇਜ਼ ਹੋਣਾ ਅਤੇ ਕਿੱਥੇ ਹੈ ਨਾ ਸਹੀ ਚੱਲਣਾ ਬਾਈ ਕਹਿੰਦਾ ਛੱਡ ਕੇ ਮੈਂ ਫਿਰ ਜਾਂਦਾ ਅੱਗੇ ਨੂੰ ਮੂਹਰੇ ਨੂੰ ਹੈ ਨਾ ਮੈਂ ਕਿਹਾ ਉਸਤਾਦ ਠੀਕ ਆ ਕਿਉਂਕਿ ਪਹਿਲਾਂ ਬਾਈ ਛੱਡ ਗਏ ਨਾ ਫਿਰ ਆ ਗਈ ਸੀ ਮੁੜ ਪਈ ਹੁਣ ਮਾੜਾ ਜਿਹਾ ਮੂੰਹ ਟੇਢਾ ਕੀਤਾ ਨਾਲ ਹੀ ਮੇਰੇ ਭਾਦੀਆਂ ਬਣ ਗਈਆਂ ਪਰ ਨਹੀਂ ਫਿਰ ਬਾਈ ਵੱਲੋਂ ਤੁਰ ਪਈ ਆ ਲਗਾਮ ਮਾੜੀ ਜਿਹੀ ਫਿਰ ਮੈਂ ਢਿੱਲੀ ਕੀਤੀ ਅਤੇ ਨਾਲ ਹੀ ਫਿਰ ਤੇਜ਼ ਹੋ ਗਈ ਹੈ ਨਾ ਅਤੇ ਬਾਈ ਕਹਿੰਦਾ ਲਗਾਮ ਖਿੱਚ ਕੇ ਰੱਖ ਨਹੀਂ ਤਾਂ ਇਹਨੇ ਤੈਨੂੰ ਸਿੱਧੀ ਭਜਾ ਕੇ ਲੈ ਜਾਣਾ ਆ ਅਤੇ ਲੈ ਉਹ ਬਾਈ ਪਿੱਛੇ ਰਹਿ ਗਿਆ ਉਸਤਾਦ ਮੇਰੀਆਂ ਹੋਰ ਭਾਦੀਆਂ ਬਣ ਗਈਆਂ ਮੈਂ ਕਿਹਾ ਬਾਈ ਆ ਜਾ ਨਾਲ ਹੀ ਕਹਿੰਦਾ ਲਗਾਮ ਖਿੱਚ ਲਾ ਮਿੱਤਰਾ ਫਿਰ ਮੈਂ ਉਹਨਾਂ ਨਾਲ ਲੈ ਵੇ ਬਾਈ ਨੇ ਆ ਕੇ ਲਗਾਮ ਫੜੀ ਫਿਰ ਮੇਰੇ ਸਾਹ 'ਚ ਸਾਹ ਆਏ ਮਿੱਤਰਾ ਕਹਿੰਦਾ ਉੱਤਰ ਜਾ ਬਾਈ ਹੁਣ ਉਹ ਚੱਕ ਬਾਈ ਵਧੀਆ ਰਿਹਾ ਸਫ਼ਰ ਹੈ ਨਾ ਸੋਹਣਾ ਇਹਦਾ ਸ਼ੌਂਕ ਵੀ ਵੱਖਰਾ ਹੀ ਆ ਉਸਤਾਦ ਫਿਰ ਬਾਈ ਕਹਿੰਦਾ ਸਾਡੀ ਵੀ ਬਣਾ ਦੇ ਯਾਰ ਥੋੜ੍ਹੀ ਜਿਹੀ ਵੀਡੀਓ ਮੈਂ ਕੋਈ ਚੱਕਰ ਨਹੀਂ ਭਰਾ ਜ਼ਰੂਰ ਬਣਾਵਾਂਗੇ ਫਿਰ ਬਾਈ ਹੁਣੀ ਦੂਜੀ ਘੋੜੀ ਵੀ ਅੰਦਰੋਂ ਲੈ ਆਏ ਫਿਰ ਕਹਿੰਦੇ ਇਕੱਠਿਆਂ ਦੀ ਬਣਾਉਂਦੇ ਹਾਂ ਨਾ ਆਮੋ ਸਾਹਮਣੇ ਖੜੀਆਂ ਕਰਕੇ ਹੈ ਨਾ ਸੋਹਣੀਆਂ ਲੱਗਦੀਆਂ ਨਾ ਪਰ ਸੇਵਾ ਵੀ ਬਹੁਤ ਮੰਗਦੀਆਂ ਹਨਾ ਇਹਨੂੰ ਮਾੜਾ ਜਿਹੀ ਵੀ ਕੋਈ ਇਹੋ ਜਿਹੀ ਚੀਜ਼ ਨਹੀਂ ਜਿੱਦਾਂ ਮਿੱਟੀ ਹਨਾ ਪੂਰੀ ਤੂੜੀ ਛਾਣ ਕੇ ਪੱਠਾ ਸਾਫ਼ ਸੁਥਰਾ ਚਾਹੀਦਾ ਇਹਨਾਂ ਨੂੰ ਅਤੇ ਦੇਖੋ ਮੱਥਾ ਕਿੰਨਾ ਸੋਹਣਾ ਇਹਦੇ ਮੂੰਹ ਦੀ ਸ਼ੇਪ ਕਿੰਨੀ ਹੈ ਅਤੇ ਆਹ ਵੀ ਬਸ਼ੀਰਾ ਇਹਨਾਂ ਦਾ ਬਹੁਤ ਸੋਹਣਾ ਵਾ ਵੱਡਾ ਹੋ ਕੇ ਬਣਨਾ ਆ ਇਹਨਾਂ ਦੀ ਸੇਵਾ ਚੰਗੀ ਹੋ ਰਹੀ ਆ ਉਦੋਂ ਤਾਂ ਹਨਾ ਲਓ ਜੀ ਆਪਾਂ ਪਹੁੰਚ ਗਏ ਫਿਰ ਵਾਪਸੀ ਆ ਪਿੰਡ ਕਿੱਦਾਂ ਹਾਲ ਵੇ ਠੀਕ ਆ ਹੋਰ ਆ ਗਿਆ ਬਸ ਸੈੱਟ ਆ ਹੁਣੇ ਪਹੁੰਚੇ ਹਲੇ ਮੈਂ ਉਹਨਾਂ ਨੂੰ ਲਾ ਕੇ ਹਟਿਆ ਸੀ ਹਲੇ ਹਾਂ ਠੀਕ ਆ ਹੁਣ ਫਿਰ ਗੱਡੀ ਤੁਸੀਂ ਲੈ ਕੇ ਜਾਣੀ ਮੈਂ ਇੱਥੇ ਲਾ ਕਰ ਦਵਾਂ ਗੱਡੀ ਓਕੇ ਫਿਰ